शटर वाला टीवी, यह शटर वाला टीवी है। पुराने समय के देखा जाता सी, जिहड़े अजकल दे नौजवान पीढ़ी है उन्होंने इस टीवी बारे पता भी नहीं होना। बोतलां ने पुराने सजावटी बोतलां, ये पुराने बले दे विच सजावट करके ये बोतलां रखी जांदियां सीयां। रेडियो चलाने वास्ते बंदे नूं लाइसेंस लेना पैंदा हुंदा सी जी। अच्छा जी, रेडियो फिर आप खरीद सकते जी। वैसे हर एक बंदा रेडियो नहीं खरीद सकता। ये ग्रामोफोन है जी, ये पत्थर दे चलण वाला रिकॉर्ड प्लेयर हुंदा सी। क्या बात है, रिकॉर्ड प्लेयर हुंदा सी, चाबी नाल चलदा सी जी। ये पहला ये कोई भी इलेक्ट्रॉनिक चीज़ नहीं हुंदी सी जी, बस ये सूई रख देंदे हुंदे सी ते गीत बहुत वधिया म्यूजिक साफ चलता हुंदा सी। ये शटर वाला ब्लैक एंड वाइट टीवी है जी जी, ये तो असीं लॉक लाता भी खोले ना बच्चे खूह दियां टिंडां जो हल्ट ते घूमदियां सी ना, 100-150 दी इक हुंदी सी माल, वह जो घूम के थल्लो भर के डिगदियां हुंदियां सी। ये पुरातन खूह दी टिंड आ जी, काफ़ी पुरानी। पहले रीलां हुंदियां सी जी, ये ब्लैक एंड वाइट भी कढ़दा सी, कलर भी कढ़दा सी, अलग अलग मॉडल आ रसीवरां दे। ये पित्तल दे स्टोव आ जी, बत्तियां वाले। आप खरीदते हो जी सर जिहड़ा सारा समान? थोड़ा बहुत अपने घर दे विच सी, बाकी आप सारा मुल खरीदे। ये पहले मेरे डैडी नूं शौक सी, जिवें गड्ढा सी खेतीबाड़ी दे संदां दी सांभ संभाल करदे सी। अच्छा जी, मेरे परदादा जी, वो साडे कोले सन 47 तों पहलां दा गड्ढा जी सी आ राजी, उदों 5 रुपये हुंदे सी। अच्छा जी, दिन रात दे वी लोकां दे म्यूजिक दा सिस्टम ही इह हुंदा सी, फिल्मां वेखदे रहिंदे सी। ऐ आवाज करदा चलदा जी। अच्छा जी, कुत्ता नाल का बोलदे, ये बस दी आवाज आंदी सी। हां जी, ਪੰਜਾਬੀ ਵਿਰਸੇ ਨੂੰ ਸਾਂਭਣ ਲਈ ਨੌਜਵਾਨ ਦੇ ਵੱਲੋਂ ਇੱਕ ਬੀੜਾ ਚੱਕਿਆ ਗਿਆ। ਸੋ ਤੁਹਾਨੂੰ ਦੱਸ ਦਈਏ, ਹਰਪ੍ਰੀਤ ਸਿੰਘ ਨੌਜਵਾਨ ਹੈ ਜਿਨ੍ਹਾਂ ਦੇ ਵੱਲੋਂ ਪੁਰਾਤਨ ਤੋਂ ਪੁਰਾਤਨ ਚੀਜ਼ਾਂ ਜਿਹੜੀਆਂ ਸਾਂਭ ਕੇ ਰੱਖੀਆਂ ਹੋਈਆਂ। ਅਤੇ ਸਭ ਤੋਂ ਪਹਿਲਾਂ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ, ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸ਼ਟਰ ਵਾਲਾ ਟੀਵੀ, ਇਹ ਸ਼ਟਰ ਵਾਲਾ ਟੀਵੀ ਹੈ। ਪੁਰਾਣੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਸੀ, ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇਸ ਟੀਵੀ ਬਾਰੇ ਪਤਾ ਵੀ ਨਹੀਂ ਹੋਣਾ। ਸੋ ਦੂਸਰੇ ਪਾਸੇ ਜਿਹੜੀ ਤਸਵੀਰਾਂ ਉਹ ਵੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ। ਇਹ ਬੋਤਲਾਂ ਨੇ, ਪੁਰਾਣੇ ਸਜਾਵਟੀ ਬੋਤਲਾਂ, ਇਹ ਪੁਰਾਣੇ ਬਲੇ ਦੇ ਵਿੱਚ ਸਜਾਵਟ ਕਰਕੇ ਇਹ ਬੋਤਲਾਂ ਰੱਖੀਆਂ ਜਾਂਦੀਆਂ ਸੀਗੀਆਂ। ਸੋ ਹੋਰ ਵੀ ਕਾਫੀ ਤਸਵੀਰਾਂ ਨੇ, ਭਾਵੇਂ ਚਰਖੇ ਦੀ ਗੱਲ ਕਰ ਲਈਏ, ਭਾਵੇਂ ਡਾਕ ਦੀ ਗੱਲ ਕਰ ਲਈਏ, ਜਿਹੜੇ ਜਿਸਦੇ ਜਿਹੜੇ ਡਾਕ ਨੇ ਉਹ ਭੇਜੇ ਜਾਂਦੇ ਸੀ, ਭਾਵੇਂ ਖੂਹ ਦੇ ਟਿੱਡੇ ਦੀ ਗੱਲ ਕਰ ਲਈਏ। ਸੋ ਚਰਖੇ ਦੀ ਗੱਲ ਕਰ ਲਈਏ, ਇਸ ਆਪਾਂ ਗੱਲ ਕਰੀਏ ਤਾਂ ਇਸ ਨੌਜਵਾਨ ਦੇ ਵੱਲੋਂ ਬੀੜਾ ਚੱਕਿਆ ਗਿਆ ਕਿ ਜਿਹੜਾ ਪੰਜਾਬੀ ਵਿਰਸੇ ਦੀ ਕਿਤੇ ਵੀ ਕੋਈ ਪੁਰਾਤਨ ਚੀਜ਼ ਹੈ, ਇਹ ਨੌਜਵਾਨ ਦੇ ਵੱਲੋਂ ਕਲੈਕਟ ਕੀਤੀ ਜਾਂਦੀ ਹੈ। ਪੰਜਾਬ ਦੇ ਵਿੱਚ ਇਸ ਨੌਜਵਾਨ ਦਾ ਕਾਫੀ ਨਾਮ ਹੈ ਅਤੇ ਸੋਸ਼ਲ ਮੀਡੀਆ 'ਤੇ ਧੂਮਾਂ ਪਾਈਆਂ ਹੋਈਆਂ, ਗੱਲਬਾਤ ਕਰ ਰਹੇ ਨੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਹਰਮੀਤ ਸਿੰਘ ਹੈ ਜੀ। ਬਾਈ ਜਿਹੜਾ ਆ ਸਮਾਨ ਤੁਸੀਂ ਸਾਂਭ ਕੇ ਰੱਖਿਆ ਹੋਇਆ, ਕਿਤੇ ਨਾ ਕਿਤੇ ਪੰਜਾਬੀ ਵਿਰਸਾ ਵੀ ਸਾਂਭਿਆ, ਅੱਜ ਕੱਲ੍ਹ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਭੁੱਲਦੀ ਜਾ ਰਹੀ ਹੈ, ਕੀ ਕਹਿਣਾ ਚਾਹੁੰਦੇ? ਅਸੀਂ ਇਸੇ ਕਰਕੇ ਪ੍ਰਦਰਸ਼ਨੀਆਂ ਲਾਉਣੇ ਸਕੂਲ ਕਾਲਜ ਮੇਲਿਆਂ ਦੇ ਵਿੱਚ, ਵੀ ਨੌਜਵਾਨੀ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰ ਬਾਰੇ ਪਤਾ ਲੱਗੇ, ਪੰਜਾਬ ਦੇ ਵਿਰਸੇ ਬਾਰੇ ਪਤਾ ਲੱਗੇ, ਬੱਚਿਆਂ ਨੂੰ ਜਾਣਕਾਰੀ ਵੀ ਮਿਲੇ ਵੀ ਸਾਡਾ ਪੰਜਾਬ ਇਸ ਤਰ੍ਹਾਂ ਦਾ ਹੁੰਦਾ ਸੀ। ਸੋ ਹਰਪ੍ਰੀਤ ਜੀ, ਆਪਾਂ ਸਟਾਰਟ ਕਰਦੇ ਹਾਂ, ਇਹ ਟੀਵੀ ਬਾਰੇ ਜਿਹੜਾ ਜ਼ਰੂਰ ਦੱਸਿਆ ਜਾਵੇ, ਕਿੰਨੇ ਸੰਦ ਆ ਜਿਹੜੇ ਟੀਵੀ 'ਤੇ, ਆਹ ਕੀ ਚੀਜ਼ਾਂ, ਸਾਰੀਆਂ ਚੀਜ਼ਾਂ ਬਾਰੇ ਦੱਸਿਆ ਜਾਵੇ। ਇਹ ਸ਼ਟਰ ਵਾਲਾ ਬਲੈਕ ਐਂਡ ਵਾਈਟ ਟੀਵੀ ਹੈ ਜੀ ਜੀ, ਇਹ ਤਾਂ ਅਸੀਂ ਲੋਕ ਲਾਤਾ ਵੀ ਖੋਲ੍ਹੇ ਨਾ ਬੱਚੇ। ਇਹ ਮੇਰੇ ਖਿਆਲ 1940-47 ਦੇ ਵਿੱਚ ਆਉਂਦਾ ਹੁੰਦਾ ਸੀ। ਉਸ ਤੋਂ ਬਾਅਦ 'ਚ ਟੀਵੀ ਬਾਅਦ 'ਚ ਆਏ ਆ, ਪਹਿਲਾਂ ਉਹ ਗ੍ਰਾਮੋਫੋਨ ਅਤੇ ਰੇਡੀਓ ਹੁੰਦੇ ਸੀ। ਅੱਛਾ ਜੀ, ਟੀਵੀ ਤਾਂ ਬਾਅਦ 'ਚ ਆਇਆ ਕਾਫੀ ਸਮਾਂ ਜੀ, ਰੇਡੀਓ ਅਤੇ ਆਪਣੇ ਗ੍ਰਾਮੋਫੋਨ ਹੁੰਦੇ ਸੀ। ਇਹ ਕੀ ਹੈ ਜੀ? ਇਹ ਖੂਹ ਦੀਆਂ ਟਿੰਡਾਂ ਜੋ ਹਲਟ 'ਤੇ ਘੁੰਮਦੀਆਂ ਸੀ ਨਾ, 100-150 ਦੀ ਇੱਕ ਹੁੰਦੀ ਸੀ ਮਾਲ, ਉਹ ਜਦੋਂ ਘੁੰਮ ਕੇ ਥੱਲਿਓ ਭਰ ਕੇ ਡਿੱਗਦੀਆਂ ਹੁੰਦੀਆਂ ਸੀ। ਇਹ ਉਹ ਪੁਰਾਤਨ ਖੂਹ ਦੀ ਟਿੰਡ ਆ ਜੀ, ਕਾਫੀ ਪੁਰਾਣੀ। ਸੋ ਇਹ ਖੂਹ ਦੀ ਟਿੱਡਾ ਜਿਹੜੀ ਉਹ ਵੀ ਦਿਖਾਈਏ, ਅਤੇ ਇਹ ਬਈ ਆ ਕੀ ਚੀਜ਼ ਹੈ ਜੀ? ਇਹ ਊਠ 'ਤੇ ਬੈਠਣ ਵਾਲੀ ਕਾਠੀ ਸਵਾਰੀ ਕਰਨ ਵਾਲੀ। ਹਾਂਜੀ, ਇਹ ਵੀ ਪੁਰਾਣੀ ਆ, ਵੀ ਪਿੱਤਲ ਦੀ ਮੀਨਾਕਾਰੀ ਹੋਈ ਵਿੱਚ ਵਿੱਚ, ਪਿੱਤਲ ਦੇ ਕੋਕੇ ਆ, ਸਾਰਾ ਕੁਛ ਊਠ 'ਤੇ ਸਵਾਰੀ ਕਰਨ ਵਾਲੀ। ਸੋ ਜਿਹੜੀ ਪੁਰਾਣੀਆਂ ਤਸਵੀਰਾਂ ਵੀ ਸਾਂਭ ਕੇ ਰੱਖੀਆਂ, ਪੁਰਾਤਨ ਵਸੋਂ ਨੂੰ ਸੰਭਾਲਣ ਦਾ ਸ਼ੌਂਕ ਰੱਖਣ ਵਾਲਾ ਹਰਪ੍ਰੀਤ ਸਿੰਘ ਪੰਛੀਆਂ ਅਤੇ ਵਾਤਾਵਰਨ ਨਾਲ ਵੀ ਪ੍ਰੇਮ ਕਰਦਾ। ਸੋ ਇਹ ਪੁਰਾਣੀਆਂ ਵਲੇ ਦੀਆਂ ਜਿਹੜੀਆਂ ਤਸਵੀਰਾਂ ਨੇ, ਭਾਵੇਂ ਵੱਟਿਆਂ ਦੀ ਗੱਲ ਕਰ ਲਈਏ, ਵਜਨ ਦੀ ਗੱਲ ਕਰ ਲਈਏ, ਭਾਵੇਂ ਚਰਖੇ ਦੀ ਗੱਲ ਕਰ ਲਈਏ, ਬਈ ਹੈ ਸਾਰਾ ਦੱਸਿਆ ਜਾਵੇ ਜੀ। ਇਹ ਗ੍ਰਾਮੋਫੋਮ ਆ ਜੀ, ਇਹ ਪੱਥਰ ਦੇ ਚੱਲਣ ਵਾਲਾ ਰਿਕਾਰਡ ਪਲੇਅਰ ਹੁੰਦਾ ਸੀ। ਕੀ ਬਾਤ ਹੈ, ਰਿਕਾਰਡ ਪਲੇਅਰ ਹੁੰਦਾ ਸੀ, ਇਹ ਚਾਬੀ ਨਾਲ ਚੱਲਦਾ ਸੀ ਜੀ। ਇਹ ਪਹਿਲਾਂ ਇਹਦੇ 'ਚ ਕੋਈ ਵੀ ਇਲੈਕਟ੍ਰੋਨਿਕ ਚੀਜ਼ ਨਹੀਂ ਹੁੰਦੀ ਸੀ ਜੀ, ਬਸ ਇਹਦੇ ਸੂਈ ਰੱਖ ਦਿੰਦੇ ਹੁੰਦੇ ਸੀ ਅਤੇ ਗੀਤ ਬਹੁਤ ਵਧੀਆ ਮਿਊਜ਼ਿਕ ਸਾਫ ਚੱਲਦਾ ਹੁੰਦਾ ਸੀ। ਤੇ ਬਾਈ ਆ ਕੀ ਜੀ ਹੈ ਜੀ? ਇਹ ਰੇਡੀਓ ਹੋ ਗਿਆ ਜੀ, ਇਹ ਰੇਡੀਓ ਹੋ ਗਿਆ, ਕਾਫੀ ਪੁਰਾਣਾ ਲੱਗਦਾ ਜੀ। ਇਹ ਤਾਂ ਕਾਫੀ ਪੁਰਾਣਾ ਰੇਡੀਓ, ਪਹਿਲਾਂ ਰੇਡੀਓ ਚਲਾਉਣ ਵਾਸਤੇ ਬੰਦੇ ਨੂੰ ਲਾਇਸੈਂਸ ਲੈਣਾ ਪੈਂਦਾ ਹੁੰਦਾ ਸੀ ਜੀ। ਅੱਛਾ ਜੀ, ਰੇਡੀਓ ਫਿਰ ਆਪਾਂ ਖਰੀਦ ਸਕਦੇ ਸੀ।
वैसे हर एक बंदा रेडियो नहीं खरीद सकता सी। ते ए जेड़ा कैमरा ये रीलां वाला कैमरा जी हुण तां दूजा सिस्टम चल रहा इलैक्ट्रॉनिक पहले रीलां हुंदियां सी जी ये ब्लैक एंड वाइट भी कढ़दा सी कलर भी कढ़दा सी। अच्छा हरप्रीत जी गल करिए जिहड़े भावें टैक्नोलॉजी की गल कर लिए भावें फोनों की गल कर लिए टैक्नोलॉजी जी काफ़ी फास्ट हो गई है जी यह चीज़ें जी लोप हो गई लोगों को तो बारे पता भी कोई नहीं टेलीफोन भी काफ़ी पुराने ने अंग्रेजा वाले अंग्रेजा वेले जी टेलीफोन पित्तल आए पुराने आ आ उस तो बाद आया जी गरारियां वाला हां ये तो मैं अपने फोन च देखा है पर ये अंग्रेजा वाले दा हां जी जी ये अपने उदो बाद आए है ये अलग-अलग मॉडल आ रिसीवरां दे ये पित्तल दे स्टोप आ जी बत्तियां वाले क्या बात है ये पित्तल दे जेडे स्टोप है वो भी दिखाए जा रहे काफी पुरातन समय दे ने सो जेडे टेलीफोन भी दिखाए अंग्रेजा दे वेले जेडे टेलीफोन भी दिखाए हुए ने सो तुसी ये देख सकदे हो चरखा पुरातन चरखा ये पंजाब दा दे बिना अधूरा है जी चरखे बिना चरखे बिना चरखे दा हुण तां जी एक चरखे शिंगार बन के रह गए मेलियां दा जी बस उत्थे मेलियां दा एक शिंगार बन के थोनू पता है भी पंजाब दे विच हुण तां कोई चरखा कादियां ही नहीं सवाणियां बिल्कुल ते हुण तां एक मेलियां दे शिंगार आ जी चरखे। सो ये हरप्रीत जी नाल गलबात हो रही है जे हरप्रीत जी गल करिए फिर तुसी आप खरीदते हो जी सर जिहड़ा सारा समान थोड़ा बहुत अपने घर दे विच सी बाकी आप सारा मुल खरीद किमें शौक पिया जी फिर ये पहला मेरे डैडी शौक से जिमें गड्ढा से खेतीबाड़ी के संदा की सामभ संभाल करते अच्छा जी मेरे पड़दादा जी वो साढ़े को सन 47 तो पहला का गड्ढा जी क्या बात है ये बी सी आर है जी ये तो फिर कहें ना चलता भी हूँ घंटे वास्ते इन्ने पैसे दो घंटे वास्ते इन्ने पैसे हाँ जी ये बी सी आर है जी उदो 5 रुपये होंगे सी अच्छा जी दिन रात दे भी लोगों के म्यूजिक का सिस्टम ही ये होंगे सी फिल्मा वेखते रहते आ जिहड़ियां कैसटां अपनियां छोटियां डिकदियां हुंदियां सी ये अपना कुत्ता नलका आ गया जी ये कुत्ता नलका किस पासे हुंदा सी ये फिर आवाज आवे इस तरह आवाज करदा जी चलदा जी अच्छा जी इहनूं कुत्ता नलका बोलदे ने ये बस इहदी आवाज आउंदी सी हाँ जी सो ये पुरानियां तस्वीरां तुसीं देख सकदे हो ये चाटी दे मधाणी है जी चाटी दी मधाणी ये भी ग्रामोफोन बड़ा पुराना जी ग्रामोफोन लालटन आ गया अपने लालटन वगैरह तुसीं देख सकदे हो ये जदों रेल गड्डी पुराने वाले आउंदी सी इहदे नाल सिग्नल दित्ता जांदा सीगा हां जी हां जी इस गल सही है जी इहदे विच दीवा इस तरह करके ना जी इहदे विच दीवा रख दिंदे सी ते दीवा रख दिंदे सी ते इत्थे शीशे बदल दिंदे हुंदे सी क्या बात है ते बाकी ਉਦੋਂ ਬਾਅਦ ਸਿਗਨਲ ਦਿੰਦੇ ਸੀ ਹਰਪੀ ਜੀ ਅੱਜ ਕੱਲ ਤਾਂ ਇਹ ਚੀਜ਼ਾਂ ਲੋਪ ਹੀ ਹੋ ਗਈਆਂ ਜੀ ਲੋਪ ਹੋ ਗਈਆਂ ਜਿਵੇਂ ਕੋਲੇ ਵਾਲੀ ਪ੍ਰੈਸ ਆ ਜੀ ਕੋਲੇ ਵਾਲੀ ਪ੍ਰੈਸ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਪੁਰਾਣੀ ਲੱਗਦੀ ਵੀ ਹੈ ਹਾਂਜੀ ਹਾਂਜੀ ਫਿਰ ਆ ਦੀਵੇ ਆ ਗਏ ਜੀ ਦੀਵੇ ਵੀ ਪੁਰਾਣੇ ਆ ਜੀ ਕੀ ਬਾਤ ਹੈ ਆ ਦੀਵੇ ਮਿੱਟੀ ਦੇ ਤੇਲ ਤੇ ਸਾਰੇ ਚੱਲਦੇ ਹੁੰਦੇ ਸੀ ਜੀ ਆ ਸਾਣ ਹੁੰਦੀ ਸੀ ਆਪਣੇ ਖੇਤਾਂ ਦੇ ਵਿੱਚ ਬੀਜਦੇ ਹੁੰਦੇ ਸੀ ਇਹਦੇ ਰੱਸੇ ਵੜਦੇ ਹੁੰਦੇ ਸੀ ਮੰਜਿਆਂ ਮੁੰਜਿਆਂ ਵਾਸਤੇ ਸਾਰਾ ਇਹ ਹੁਣ ਤਾਂ ਬੀਜਣ ਨੂੰ ਅੜ ਗਈ ਸੋ ਇਹ ਹਰਪੀਤ ਜੀ ਨਾਲ ਗੱਲਬਾਤ ਹੋ ਰਹੀ ਹੈ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿਹੜੀ ਫੱਟੀ ਹੈ ਜ਼ਰੂਰ ਦਿਖਾਈ ਆਵੇ ਜੀ ਇਹ ਫੱਟੀ ਹੈ ਜੀ ਇਹ ਤਾਂ ਸਾਡੇ ਕੋਲੇ ਪੁਰਾਣੀ ਫੱਟੀ ਹੈ ਜੀ ਇਹ ਆਪਣੀ ਮਧਾਣੀ ਹੋ ਗਈ ਜੀ ਮਧਾਣੀ ਦਿਖਾਇਓ ਜੀ ਹਾਂਜੀ ਹਾਂਜੀ ਇਹ ਤਾਂ ਜਿਹੜੀ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਉਹਨਾਂ ਨੇ ਦੇਖੀ ਵੀ ਨਹੀਂ ਹੋਣੀ ਹਾਂਜੀ ਹਾਂਜੀ ਆਹ ਟੋਕਰੀਆਂ ਹੋਊਗਾ ਕੀ ਬਾਤ ਹੈ ਆਹ ਭਲਵਾਨਾਂ ਵਾਸਤੇ ਸੀ ਭਲਵਾਨ ਫੇਰ ਕਸਰਤ ਕਰਦੇ ਇਹ ਭਲਵਾਨ ਇਹਦੇ ਨਾਲ ਕਸਰਤ ਕਰਦੇ ਹੁੰਦੇ ਸੀ ਪੁਰਾਣੇ ਵਾਲੇ ਜਿਹੜੇ ਚੀਜ਼ਾਂ ਸਾਂਭ ਕੇ ਰੱਖੀ ਹੋਈਆਂ ਇਹ ਕੀ ਕਹਿੰਦੇ ਜੀ ਇਹਨੂੰ ਮਧਾਣੀ ਤੇ ਚਾਟੀ ਮਧਾਣੀ ਚਾਟੀ ਇਹਨੂੰ ਕਿਹਾ ਜਾਂਦਾ ਹੈ ਸੋ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਮਾਂ ਬੋਲੀ ਤਸਵੀਰ ਹੈ ਇਹ ਸਿੱਖ ਡਾਕ ਟਿਕਟਾਂ ਇਹ ਡਾਕ ਟਿਕਟਾਂ ਨੇ 1935 1949 1952 ਵਾਲੇ ਦੀਆਂ ਜਿਹੜੀਆਂ ਸਾਂਭ ਕੇ ਰੱਖੀਆਂ ਹੋਈਆਂ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਉੱਪਰ ਮੰਜਾ ਮੰਜੇ ਦੇ ਉੱਪਰ ਸਪੀਕਰ ਉਹ ਵੀ ਲੱਗਾ ਹੈ ਜੇ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਪੁਰਾਣੇ ਵਾਲੇ ਦੇ ਵਿੱਚ ਇਸ ਦੇ ਉੱਪਰ ਜਿਹੜੀ ਅਨਾਉਂਸਮੈਂਟ ਉਹ ਕੀਤੀ ਹਰਪੀ ਜੀ ਇਹ ਕੀ ਖਾਸ ਇਹ ਪਹਿਲਾਂ ਪਿੰਡਾਂ ਦੇ ਵਿੱਚ ਨਾ ਚਬਾਰਿਆਂ ਤੇ ਜਾਂ ਦਰਵਾਜ਼ਿਆਂ ਦੇ ਕੋਠਿਆਂ ਦੇ ਜਾਂ ਛੱਤਾਂ ਦੇ ਵਿਆਹ ਸ਼ਾਦੀ ਹੁੰਦਾ ਸੀ ਇਹ ਮੰਜੇ ਜੋੜ ਕੇ ਸਪੀਕਰ ਲਾਏ ਜਾਂਦੇ ਹੁੰਦੇ ਚਾਰ ਚਾਰ ਹਫ਼ਤਾ ਹਫ਼ਤਾ 10 ਦਿਨ ਚੱਲਦੇ ਹੁੰਦੇ ਸੀ ਇਹ ਅਨਾਉਂਸਮੈਂਟ ਉੱਥੇ ਹੁੰਦੀ ਸਾਰੀ ਹਾਂ ਸਾਰਾ ਕੁਝ ਉੱਥੇ ਚੱਲਦਾ ਹੁੰਦਾ ਸੀ ਹੁਣ ਤਾਂ ਡੀਜਿਆਂ ਨੇ ਇਹ ਚੀਜ਼ਾਂ ਖਤਮ ਹੀ ਕਰਤੀਆਂ ਜੀ ਆ ਆਪਣੇ ਤੱਕੜੀ ਦੇ ਪੁਰਾਣੇ ਵੱਟੇ ਹੋ ਗਏ ਤੱਕੜੀ ਦੇ ਵੱਟੇ ਆ ਤੁਸੀਂ ਦੇਖ ਸਕਦੇ ਹੋ ਕਾਫੀ ਪੁਰਾਣੇ ਨੇ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਇਹ ਤਾਂ ਵੱਟੇ ਜੀ ਮਤਲਬ ਕਿ ਇਹਦਾ ਵੀ ਵੇਟ ਹੁੰਦਾ ਸੀ ਹਾਂ ਜੀ ਇਹਦਾ ਵੇਟ ਵੀ ਹੁੰਦਾ ਸੀ ਆ ਜਿਵੇਂ ਫਸੇਰੀ ਹੋ ਗਈ 5 ਕਿਲੋ ਤੋਂ ਘੱਟ ਹੁੰਦੇ ਸੀ ਸੇਰ ਹੋ ਗਿਆ 1.5 ਸੇਰ ਹੋ ਗਿਆ ਇਹ ਪਹਿਲਾਂ ਸੇਰਾਂ 'ਚ ਹੁੰਦੇ ਸੀ ਕਿਲੋਆਂ 'ਚ ਤਾਂ ਬਾਅਦ 'ਚ ਪਾਉਣੇ ਜੀ 1.5 ਸੇਰ ਜਾਂ ਅੱਧਾ ਸੇਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਜੀ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਸੋ ਇਹ ਤਸਵੀਰ ਹੈ ਜਿਹੜੀ ਅਗਲੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਕੜੀ ਹੈ ਜਿਹੜੀ ਇਹਨਾਂ ਵੱਲੋਂ ਚੱਕੀ ਜਾ ਰਹੀ ਹੈ ਕਾਫੀ ਜਿਹੜੀ ਪੁਰਾਣੀ ਤਕੜੀ ਹੈ ਜਿਹੜੇ ਵੱਟੇ ਹੈ ਉਹ ਵੱਟੇ ਕਿਲੋਆਂ ਦੇ ਹਿਸਾਬ ਨਾਲ ਜਿਹੜੇ ਹੁਣ ਆਏ ਨੇ ਪਹਿਲਾਂ ਸੇਰ ਦੇ ਹਿਸਾਬ ਨਾਲ ਹੁੰਦੇ ਸੀ ਖੇਤੀਬਾੜੀ ਦੇ ਆਪਣੇ ਸੰਦ ਹੋ ਗਏ ਉਹ ਖੇਤੀਬਾੜੀ ਦੇ ਸਾਹਮਣੇ ਜਿਹੜੇ ਸੰਦ ਹੈ ਉਹ ਪਏ ਹੋਏ ਨੇ ਜਿਹੜੀ ਕਾਫੀ ਪੁਰਾਣੀ
चीज़ा ने सामभ के रखी हुई तस्वीर लगातार तुहाडे नाल सांझियां कीतियां जा रही लैटर बॉक्स की गल करिए लैटर बॉक्स की तस्वीर तुसीं देख सकते हो जे आप गल करिए अजकल जिहड़े डाकघर ने लैटर बॉक्स ने कितने कितने जिहड़े लोप हो गए हैं अजकल जिहड़ी टेक्नोलॉजी है भावें मोबाइलों की गल करिए उन्होंने जिहड़े मैसेज है जिहड़े भेजे जाते हैं आप गल करिए हरप्रीत जी जिहड़ा पुराना वेला हुंदा सी एक चिट्ठी आती सी एक उम्मीद हुंदी सी तो बंदा सोचता ही हाँ भी अज्ज चिट्ठी आएगी कल आएगी मतलब कि आप फौजियों की गल करिए सरहदा के उत्ते बैठे ने भी उड़ीक करते अजकल चिट्ठी की उड़ीक की जाती सी आप कितने भी कोई रिश्तेदारी ज दूर दरेडे संदेश देना हों आप चिट्ठी पाते होंगे सी अच्छा वो वे चंगे से फिर हाँ वे चंगे चिट्ठी की वेट करते हूँ तो मोबाइल ने सब कुछ ही खत्म करता जी डाक लोप ही करते जी सो ये हरप्रीत जी ने गलबात की जो गल करिए सामने तस्वीर है भी देख सकते हो तुम काफ़ी पुराना हैगा ये सन 47 वेले का वे जी पित्तल ते तांबे की सारी मीनाकारी की हुई है जी की कहिंदे जी इहनू गड्डां दे इह गड्डे की तस्वीर देख सकते हो पित्तल ते तांबे तांबे नाल ते हत्थी तैयार करते होंदे सी जी ते बाकी इहदे लक्कड़ दे टायरां दी जोड़ी हुंदी सी ओह असीं लाहती जी जोड़ी साडे कोले पई आ ओह असीं लाहती फिर आ टायर चढ़ाले क्योंकि असीं समान समून लै रख के जाणा हुंदा सी आ जूला भी असीं खोलता भी यह ट्रैक्टर मगर या जीप मगर पाना थोड़ा औखा सी अच्छा जी कहिंदे ते बाकी असीं गड्डे का कुछ भी नहीं बदलिया उस तरह ही आ उवें विचों तुहाडे सामने विचों उवें गलिया नज़र आ रहा हर चीज़ पुरानी नज़र आ रही आ हरप्रीत जी गल करिए कहिंदे शौक का कोई मुल नहीं हुंदा ये तो सारा शौक दे विच तुसीं सारा पंजाब है सामभ के रखे अपने कोल हाँ जी साडे कोल 3000 तो प्लस आइटम आ जी क्या बात है सारे अपने कोल सिक्के आ 120 मुल्कां दी करंसी हो गई विदेशी करंसी भी अपने हिंदुस्तान दी जिन्ने भी सिक्के आ हरी सिंह नरूआ महाराजा रणजीत सिंह शेरशाह सूरी अकबर ते टीपू सुल्तान सारिया रियासतां दे सिक्के आ जी नोट आ जी फिर कई तुहाडे कोल नौजवान आंदे भी होणे भाई इन्ने पैसे लै लो दे दो सानूं बहुत आंदे आ पर आपां किसे नूं नहीं आवे किसे कोई चीज़ सेल नहीं कीती जी आपां तां आपदे विरसे दे विच खरीद के रखते हैं जी तो नौजवानों को की मैसेज है जी ताकि पंजाबी विरसे दे नाल जुड़े रहन नौजवान नूं यही मैसेज है भी पंजाबी विरसे नाल जे असीं ज़्यादा प्रदर्शनियां लावांगे स्कूलों कॉलेजों यूनिवर्सिटियां दे विच भी बच्चे इस चीज़ नूं अगे मतलब के देखणगे फिर ही अपने अमीर सभ्याचार नूं बई रखणगे चेते भी असीं प्रदर्शनी वेखी सी कईयों नूं शौक पै जांदा जी नौजवानों असीं प्रदर्शनियां लाने ना बहुत नौजवानों शौक पै जांदा हुण प्रदर्शनियां दे विच भाग लै चुके हां असीं तां जी नेकई घट्टो घट्ट 250-300 तो भी वध हो सकता मेले स्कूल बहुत ज़्यादा प्रदर्शनियां ला चुके जी मैं गल करां पंजाब दा पहला नौजवान हरप्रीत सिंह होना जिन्हें पंजाबी विरसे नूं सांभ के रख्या है हाँ भी हाँ जी असीं आए ना भी असीं प्रदर्शनियां बहुत ला चुके हैं एग्जीबिशन ला चुके हैं स्कूलों कॉलेजों यूनिवर्सिटियां दे पंजाबी सभ्याचार दे पंजाबी मां बोली नाल हुण तुहानूं पता जिहड़े कॉन्वेंट स्कूल आ उन्हां च तां पंजाबी बोलदे ही नहीं गए असीं पंजाबी मां बोली नूं बचाउण वास्ते बहुत ज़्यादा उपराले कर चुके हैं मेरा मित्र आ चमकौर सिंह थांदे वाला जी सो ये हरप्रीत सिंह दे नाल गलबात की है पंजाबी विरसे नूं सांभण दे लई पंजाबी विरसे दे नाल जुड़न दे लई गल करिए तां बड़ा सोहना उपराला किया गया कोई भी पंजाबी विरसे पंजाब दे नाल जुड़ी हुई चीज़ होंगी उसनों खरीद के अपने कोल रखते हैं तो प्रदर्शन भाग लेंगे जे आप गल करिए टिकटों की गल करिए टिकटा भी तुम दिखाइया 1935 तक का जोड़ा समान है भावें टिकटा ने वो डाकघर दामभ के रखी हुई इन्हों का यही कहना है पहला मेरे बापू जी ने शौक से हूँ मैनू शौक है तो नौजवानों ने अपील भी की अपने पंजाबी विरसे जुड़े रहन तो अपने पंजाबी विरसे जोड़ा वो सामभ के रखा जाए कैमरा परसन मोनू चावड़ा के मैं राहुल अरोड़ा पंजाब न्यूज़ लुधियाना।